स्वागत है किसान वीरों तुहाडा अपने यूट्यूब चैनल ढिल्लो डेयरी फार्म बरनाला दे विच। जिहड़े किसान वीर अपने इस चैनल ते पहली बार वीडियो देख रहे आ उन्हां नूं रिक्वेस्ट आ कि अपने यूट्यूब चैनल नूं जरूर सबसक्राइब कर लिओ ते नाल लग्गिया बैल आइकॉन दा बटन जरूर प्रेस कर दिओ तां जो अपनी हर नवीं आउण वाली वीडियो दा नोटिफिकेशन सब तों पहलां तुहानूं मिल सके। सो किसे वीर ने इदां दी ऐड करवाउणी होवे तां तुसीं मेरे नाल कनैक्ट कर सकदे हो। मेरा मोबाइल नंबर आ 84 270 19 817। सो वीरो अज्ज दी वीडियो आपां बनाउण पहुंचे आ जगरावा मंडी जो 23 तरीक दी हर वार लगती हैगी। 23 तरीक दी जगरावा मंडी लुधियाणा जिला इत्थे ज़्यादातर इत्थे गावां वध पहुंचदियां हैगियां ते 23 तरीक नूं तुसीं गावां मझां खरीद लई जगरावा मंडी ते पहुंच सकदे हो। इत्थे आपां वीडियो कवर कर रहे हैं। एक आपां वीरां नूं होर दसना चाहुंदे हां कि 11 12 13 दसंबर तक PDFA दा मेला इत्थे जगरावा मंडी ते लगेगा। जो 23 तरीक दी मंडी लगती है 11 12 13 PDFA दा मेला अगे लगेगा। 11 12 13 ਨੂੰ ਤੁਸੀਂ ਇੱਥੇ ਪਹੁੰਚ ਕੇ PDFA ਮੇਲੇ ਦਾ ਆਨੰਦ ਮਾਣ ਸਕਦੇ ਹੋ। ਸੋ ਕਿ ਆਪਾਂ ਵੀਰਾਂ ਦੀ ਖੁਸ਼ੀ ਤੁਹਾਨੂੰ ਦਿਖਾਉਂਦੇ ਹਾਂਗੇ। ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ। ਹਾਂਜੀ ਵੀਰੇ ਨਾਮ ਤੇ ਐਡਰੈਸ ਬੋਲ ਦਿਓ ਜੀ ਆਪਣਾ। ਨਾਮ ਜਗਸੀਰ ਸਿੰਘ ਜੀ, ਪਿੰਡ ਬਧਾਤੇ, ਜ਼ਿਲ੍ਹਾ ਬਰਨਾਲਾ। ਤੇ ਮੋਬਾਈਲ ਨੰਬਰ ਬੋਲ ਦਿਓ ਵੀਰੇ। ਮੋਬਾਈਲ ਨੰਬਰ 98 763 66 51 98 763 66 51 66 51 ਹਾਂਜੀ ਭਾਈ ਜੀ। ਕਿੰਨੇ ਵੇ ਸੂਏ ਮੱਝ ਸੂਈ ਹੈ ਜੀ ਇਹ? ਤੀਜੇ ਜੀ। ਤੀਜੇ ਦੇ ਦਿਨ ਕਿੰਨੇ ਹੋ ਗਏ ਸੂਈ ਨੂੰ? 10 ਦਿਨ ਹੋ ਗਏ। ਤੇ ਦੁੱਧ ਕਿੰਨਾ ਕਿੰਨਾ ਟਰੇੜੀ ਹੈ? 14 ਕਿਲੋ ਦੁੱਧ ਆ। ਸੋ ਵੀਰੇ 14 ਕਿਲੋ ਦੁੱਧ ਨੇ ਟਰੇੜੀ ਆ। ਮੇਰੇ ਦੀਪਗੜ੍ਹ ਦੇ ਪਿੰਡ ਦੇ ਨਜ਼ਦੀਕ ਪਿੰਡ ਪੈ ਜਾਂਦਾ ਬਧਾਤੇ, ਉੱਥੋਂ ਵੀ ਲੈ ਕੇ ਆਏ ਆ। ਘਰ ਦੀ ਆਪਣੀ ਵਪਾਰ ਦਾ ਘਰ ਦੀ ਆ ਮੱਝ ਤੇ ਪਿੱਛੇ ਬੱਚਾ ਬੱਚਾ ਇਹਦੇ ਨੀਲੀ ਰਾਵੀ ਆ, ਤੁਸੀਂ ਦੇਖ ਸਕਦੇ ਹੋ। ਸੋ ਵੀਰੇ ਨੀਲੀ ਰਾਵੀ ਦਾ ਮੇਲ ਆਗਾ, ਤੁਸੀਂ ਦੇਖ ਸਕਦੇ ਹੋ। ਇਹ ਮੇਰੇ ਨਾਲ ਹੀ ਪਿੰਡ ਹੋਣੇ ਕਾਰਨ ਮੇਰੇ ਕੋਲ ਨੀਲੀ ਰਾਵੀ ਦਾ ਸਾਂਝ ਸੀ, ਉਸ ਦੇ ਬੱਚਾ ਆਇਆ ਗਾ ਕਿ ਇਹ। ਤੇ ਡਿਮਾਂਡ ਇਹਦੀ ਕੀ ਕਰਦੇ ਆ ਆਪਾਂ? ਇਹਦਾ 80,000 ਰੁਪਇਆ ਮਤਲਬ ਮਾਨਤਾਰ ਹੋ ਜੂਗਾ ਮੌਕੇ ਤੇ। ਹਾਂਜੀ। ਤੇ ਮੋਬਾਈਲ ਨੰਬਰ ਬੋਲ ਦਿਓ ਇੱਕ ਵਾਰੀ। ਮੋਬਾਈਲ ਨੰਬਰ 98 763 66 051 98 763 66 051 ਲੈ ਖੋਲ ਲਿਆ ਬਾਹਰ ਨੂੰ। ਫਿਰ ਬੱਚਾ ਇਹਦੇ ਪਿੱਛੇ ਮੇਲ ਆ, 10 ਕੁ ਦਿਨ ਹੋ ਗਏ ਸੂਈ ਨੂੰ। ਆਹ ਤੁਸੀਂ ਥਾਣ ਹਵਾਨਾ ਇਹਦਾ ਨੇੜ ਤੋਂ ਦੇਖ ਸਕਦੇ ਹੋ, ਬਹੁਤ ਹੀ ਜ਼ਿਆਦਾ ਸਾਫ਼ ਸੁਥਰਾ ਹਵਾਨਾ, ਇਕੱਲਾ ਇਕੱਲਾ ਥਾਣ ਨਿਖਣ ਵਾ। ਆਹ ਮੂੰਹ ਮੱਥਾ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ। 80,000 ਰੁਪਇਆ ਵੀਰ ਵੱਲੋਂ ਇਹਦੀ ਡਿਮਾਂਡ ਕੀਤੀ ਗਈ ਆ। ਬਾਕੀ ਮੌਕੇ 'ਤੇ ਮਾਨ ਤਾਨ ਤੁਹਾਡਾ ਹੋ ਜੂਗਾ। ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਤਾਂ ਵੀਰ ਨਾਲ ਦਿੱਤੇ ਗਏ ਨੰਬਰ 'ਤੇ ਕੰਟੈਕਟ ਕਰਕੇ ਖਰੀਦ ਸਕਦੇ ਹੋ। ਪਿੰਡ ਵਧਾਤੇ ਆ, ਇਸ ਬਾਰੇ ਮੰਡੀ ਮੱਝ ਮੰਡੀ 'ਤੇ ਪਹੁੰਚੀ ਹੋਈ ਆ। ਵੀਰ ਦਾ ਆਪਣਾ ਕੰਟੈਕਟ ਨੰਬਰ ਵਿੱਚ ਬੋਲ ਚੁੱਕਿਆ। ਘਰ ਜੇਕਰ ਮੱਝੇ ਵਾਪਸ ਪਹੁੰਚ ਜਾਏ ਤਾਂ ਇਸ ਨੰਬਰ 'ਤੇ ਕੰਟੈਕਟ ਕਰਕੇ ਅੱਗੇ ਤੁਸੀਂ ਮੱਝੇ ਖਰੀਦ ਸਕਦੇ ਹੋ। ਸਤਿ ਸ਼੍ਰੀ ਅਕਾਲ ਭਾਈ। ਹਾਂਜੀ ਵੀਰੇ ਨਾਮ ਅਤੇ ਐਡਰੈਸ ਬੋਲ ਦਿਓ ਜੀ ਆਪਣਾ। ਕਿੰਨੀ ਉਮਰ ਹੋ ਗਈ ਕੱਟੇ ਦੀ ਇਹਦੀ? 17 ਮਹੀਨੇ। ਤੇ ਦੰਦੋ ਖੀਰਾ ਹੀ ਜਾਵਾਂ? ਤੇ ਕਿਹੜੇ ਸਾਹ ਦਾ ਬੱਚਾ ਜੀ? 88-64 ਦਾ ਜੀ। 88-64 ਦਾ। ਤੇ ਇਹਦੀ ਮਾਂ ਥੱਲੇ ਕਿੰਨਾ ਮਿਲਕ ਰਿਕਾਰਡ ਸੀਗਾ ਜੀ? 20 ਕਿਲੋ ਦਾ ਜੀ। ਉੱਥੇ ਮਾਂ ਹੈਗੀ ਘਰੇ ਆਪਣੇ ਕੋਲ? ਤੇ ਕਿਹੜੇ ਸਾਹ ਦੀ ਬੱਚੇ ਦੀ ਮਾਂ ਜੀ? ਕਰਮਵੀਰ ਬੰਨ ਦੀ ਆਈ। ਸੋ ਵੀਰ ਕਰਮਵੀਰ ਬੰਨ ਦੀ ਇਹਦੀ ਮਾਂ ਬਾਈਆਂ ਕੋਲ ਘਰ ਆ। ਦੂਜਾ ਸੂਆ ਇਸ ਵਾਰ ਸੂਈ ਹੈ, ਚਲਾਏ ਹੋਏ ਤੈਨੂੰ ਸੂਰ। ਬਹੁਤ ਜ਼ਿਆਦਾ ਸਕੀਨ ਕੱਟਾ, ਸਾਰੀ ਮੰਡੀ ਦਾ ਟੋਪ ਕੱਟਾ ਇਹ ਵੀਰ ਇੱਥੇ ਲੈ ਕੇ ਆਏ ਹੈਗੇ। ਵੀਰਾਂ ਦਾ ਕੰਟੈਕਟ ਨੰਬਰ ਆਪਾਂ ਵਿੱਚ ਬੋਲ ਚੁੱਕੇ ਹਾਂ, ਇਹਨਾਂ ਸੇਲ ਕਰਨ ਦਾ ਇਰਾਦਾ ਵੀ ਹੈ। ਕੰਟੈਕਟ ਕਰਕੇ ਤੁਸੀਂ ਖਰੀਦ ਸਕਦੇ ਹੋ ਕੱਟਾ ਇਹ। ਅਤੇ ਕੱਟਾ ਖੈਰ ਬਹੁਤ ਚੰਗਾ ਹੈਗਾ, ਸਿਰਫ 16 ਮਹੀਨਿਆਂ ਦਾ ਬੱਚਾ ਹਲੇ। ਅਸ ਰਿੰਕ ਸਿੰਘ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ। ਹਾਈਟ ਵਗੈਰਾ ਸਾਂਢ ਦੀ ਬਹੁਤ ਚੰਗੀ ਹੈਗੀ। ਪਿੰਡ ਹੈਗਾ ਵੀਰਾਂ ਦਾ ਬੀੜ ਬੱਧਨੀ। ਬੀੜ ਬੱਧਨੀ ਤੋਂ ਵੀਰੇ ਕੱਟਾ ਲੈ ਕੇ ਆਇਆ ਨਿਹਾਲ ਸਿੰਘ ਵਾਲਾ ਦੇ ਨਜ਼ਦੀਕ ਜੋ ਪਿੰਡ ਪੈ ਜਾਂਦਾ ਮੋਗੇ ਜ਼ਿਲ੍ਹੇ ਦੇ ਵਿੱਚ। ਸਾਰੀ ਮੰਡੀ ਦਾ ਟੋਪ ਸਾਂਣਾ, ਅੱਗੇ ਚੰਗਾ ਇਹਨੇ ਸਾਹਣੇ ਤਿਆਰ ਹੋਣਾ ਹੈਗਾ। ਆਹ ਟੈਕਸਟੀਕਲ ਵਗੈਰਾ ਵੀ ਦੇਖ ਸਕਦੇ ਹੋ, ਬਹੁਤ ਹੀ ਜ਼ਿਆਦਾ ਸਕੀਨ ਅਤੇ ਸਾਫ਼ ਸੁਥਰਾ। ਹਾਂਜੀ ਵੀਰੇ ਅੱਗੇ ਸੇਲ ਕਰਨ ਦਾ ਇਰਾਦਾ ਜੀ? ਸੇਲ ਕਰਨ ਦਾ ਇਰਾਦਾ ਅੱਗੇ? ਹਾਂਜੀ ਹਾਂ। ਅਤੇ ਕੀ ਡਿਮਾਂਡ ਕਰੋਗੇ ਜੀ? ਸੋ ਵੀਰੋ ਡਿਮਾਂਡ ਵੀਰ ਫੋਨ 'ਤੇ ਕਰਨਗੇ। ਕੰਟੈਕਟ ਨੰਬਰ ਵੀਰ ਆਪਦਾ ਬੋਲ ਚੁੱਕਿਆ। ਬਹੁਤ ਜ਼ਿਆਦਾ ਸੋਹਣਾ ਕੱਟਾ ਤੁਸੀਂ ਦੇਖ ਸਕਦੇ ਹੋ, ਪੂਰਾ ਸਕੀਨ ਕੱਟਾ। ਇਸ ਤੋਂ ਉੱਪਰ ਟੋਪ ਕੋਈ ਮੰਡੀ ਦੇ ਵਿੱਚ ਕੱਟਾ ਵੀ ਨਹੀਂ ਆਇਆ ਸੀ। ਅਤੇ ਇਹਦੀ ਮਾਂ ਵੀ ਚੰਗੀ ਲਾਈਨ ਦੀ ਹੈ, ਕਰਨਵੀਰ ਬੰਨ ਜੋ ਯੁਵਰਾਜ ਸੁਨਾਰੀ ਵਾਲੇ ਸਾਹਣਾ ਜੋਗਰਾਜ ਕਰਨਵੀਰ ਬੰਨ ਦੀ ਇਹਦੀ ਮਾਂ ਗੀ। ਚੰਗਾ ਮਿਲਕ ਰਿਕਾਰਡ ਆ। ਦੂਜੇ ਸੂਏ ਵੀਰਾਂ ਦੇ ਘਰ 20 ਕਿਲੋ ਦੁੱਧ ਪਾਉਂਦੀ ਪਈ ਆ। ਇਸ ਵਾਰ ਵੀਰ ਦੱਸਦਾ ਪਿਆ ਤਾਜ਼ੀ ਸੂਈ ਹੋਈ ਆ। ਕੱਟਾ ਬਹੁਤ ਚੰਗਾ, A to Z ਬਲੈਕ ਆ। ਥੱਲੋਂ ਸਿਰਫ 4 ਕਬਾਲ ਪੂਸ ਦੇ ਵਾਈਟ ਹੈਗੇ। ਬਹੁਤ ਜ਼ਿਆਦਾ ਸਕੀਨ ਕੱਟਾ। ਇਹ 23 ਤਰੀਕ ਦੀ ਜਗਰਾਵਾ ਮੰਡੀ 'ਤੇ ਪਹੁੰਚਿਆ ਹੋਇਆ ਸੀਗਾ। ਅੱਗੇ ਤੁਸੀਂ ਮੰਡੀ ਐਡਰੈਸ ਦੇਖ ਸਕਦੇ ਹੋ। ਜ਼ਿਆਦਾਤਰ ਇੱਥੇ ਵਿਹੜਾਂ ਆਉਂਦੀਆਂ ਹੈਗੀਆਂ ਇਸ ਰੋਹ ਦੇ ਵਿੱਚ, ਸਾਰਾ ਵਿਹੜਾਂ ਦਾ ਫੁੱਲ A to Z। ਅਤੇ ਬਾਕੀ ਮੱਝਾਂ ਵੀ ਜ਼ਿਆਦਾਤਰ ਇੱਥੇ ਗਿਣਤੀ ਵਿੱਚ ਆਉਂਦੀਆਂ ਹੈਗੀਆਂ। ਲੇਕਿਨ ਮੇਨ ਮੰਡੀ ਮਸ਼ਹੂਰ ਆ ਜੋ ਇਹ 23 ਤਰੀਕ ਦੀ ਵਿਹੜਾਂ ਦੇ ਨਾਮ ਤੋਂ ਮਸ਼ਹੂਰ ਹੈਗੀ। ਸਭ ਤੋਂ ਪਸ਼ੂ ਤੁਸੀਂ ਦੇਖ ਸਕਦੇ ਹੋ, ਚੰਗੇ ਸਾਫ਼ ਸੁਥਰੇ ਹਵਾਨੇ ਵਾਲੇ ਬਹਿਣਾ ਅਤੇ ਝੋਟੀਆਂ ਇੱਥੇ ਪਹੁੰਚੀਆਂ ਹੈਗੀਆਂ। 23 ਤਰੀਕ ਨੂੰ ਆਪਾਂ ਵੀਡੀਓ ਕਵਰ ਕਰ ਚੁੱਕੇ ਹੈਗੇ। ਮੰਡੀ ਟੋਟਲੀ ਫੁੱਲ ਹੈਗੀ ਅਤੇ ਥੋੜ੍ਹੇ ਰੇਟਾਂ ਦੇ ਵਿੱਚ ਵੀ ਤਬਦੀਲੀ ਆਉਣੀ ਸ਼ੁਰੂ ਹੋ ਚੁੱਕੀ ਆ।
7 हज़ार रुपया पशु रेट उपर हो चुके हैं। तो अगे दोस्तों 11-12-13 का PDF मेला इतने लगना है, इसे 23 तरीक का इतने सबर अगे बूरी माझी देख सकते हो, बहुत ही ज्यादा सोहनी सुनखी बूरी। हाँ जी भाई जी, कहड़ा पिंड है जी अपना? तो कहने वैसे सुनी है बूरी, ये किन्ने दिन बाकी है? 10 दिन बाकी है। सगुर 10 दिन बाकी है बूरी माझ, तुम देख सकते हो वीर का पिंड मजू के जिला बरनला, बहुत ही ज्यादा सोहनी सुनखी माझ आ, कुछ एक दिन बाकी है सून के वीर पुछते हैं। तो की डिमांड करते भाई? ये डिमांड यदि 95। तो मोबाइल नंबर बोले जी? 95-900-21-95-900-21 3688 अब बूरी माझी दोस्तों देख सकते हो बूरी माझी थोड़ी ज़्यादा डिमांड रही है, 90,000 रुपये भी ने डिमांड की है। किसी वीर दे बूरी माझ पसंद होता तो जो बोलेगा नंबर ये कॉन्टैक्ट करके अगर खरीद सकते हो। सो फिर अगर HF ब्रीड के बैठा भी कुछ पहुंचे हुई इधर देख सकते, बहुत ही चंगे हवाने आने साफ सुथरिया बैठा गई। हाँ जी भाई, कहड़ा पिंड है जी अपना? हमीरगढ़ है जी। कहड़ा जिला पै गया जी? बठिंडा जी। सर बठिंडा जिला पै गया, मोबाइल नंबर बोलो जी? 99-158-99-158-51-061। हाँ जी भाई, व्यापार का काम है जी अपना? हाँ जी। कि पशु घर होंगे जी? सा 2-3-4 अवेलेबल ही होंगे। ज्यादा बैठा का काम कर रहे? बैठा का काम ही कर रहे। सो फिर ज्यादा वीर का बैठा का काम आ। हाँ जी भाई, किन्ने नाग लेके आए जी? 4 नाग लेके आए। क्या पहले नंबर दे के की जानकारी है जी? पिंड वीर का हमीरगढ़ जिला बठिंडा पै जाता है, व्यापार का वीर काम करता है, 2-3 नाग वीर को घर भी होंगे है, मंडी से भी आता जाता है। मूह मत्था फेस क्वालिटी ब्रीड क्वालिटी देख सकते हो, बहुत ही ज्यादा चंगे साफ सुथरे हमाने वाली बैड है, ताजी सुई है देख सकते। पिछले बच्चा ये की है? बच्चा है बच्ची? बच्ची है वीरे। फिर पिछले इसके बच्ची है HF ब्रीड की, यह पहले नंबर से हमीरगढ़ वाले बीट से बैठ देख सकते हो। हाँ जी भाई, दूजे नंबर से बैठ की जानकारी है? खीरी आ गई है, 24 महीने की बच्ची है। खीरी बच्ची? हाँ जी। तो सूबी है गब्बन हाले? हाँ गब्बन है वीरे। किन्ने का दिन ले जाऊगी? दुध किन्ना पल थोड़े हिसाब से? 25+ फिर 25+ खीरी बैठ लो बहर न। सिर देख सकते हो बहुत ही चंगी सैनिक वाली, कलर वगैरह भी चंगा है, तो छोटी उम्र के बच्चा दंदो खीरी है, दंदो खीरी बच्ची देख सकते हो, 23-24 लीटर भी दस दिन दुध पा दूंगी। पहला सुबह फलून सुनी है आ हवाना, तुम देख सकते हो बहुत ही ज्यादा चंगा तो साफ सुथरा सोहना सुनखा हवाना है। ये वीर हमीरगढ़ वाले को बैठ आ, तो कुछ बैठा वीर जैसे मंडी है, कुछ वीर को पशु घर भी होंगे, घर विजिट करके भी पशु खरीद सकते हो। सो वीर के पशु किदा के लगे, नवा व्यापार का काम आगा, वीडियो अपनी कितना लगी लाइक तो शेयर जरूर कर दिया करो, क्योंकि तो ये अपना भी हौसला अगे वादा गा, कम करने जी करता है। हाँ जी भाई, कहड़ा पिंड है जी अपना? पिंड मेरा टाटा जी। जिला कहड़ा पै गया? जिला लुधियाना। मोबाइल नंबर बोल दे? 9814382963। हौली बोली माड़ा जा, 9814-1438-3829-2963। हाँ जी, बैठ कहने मसल सुनिया थोड़ी बैठ जी? मुल ही कर दें? 47,000 कि पाओ थोड़े हिसाब से? 14-15 लीटर पा दे। सवेरे 14 खोल लियो बहर, सवेरे 14-15 लीटर भी दस दुध पा दूगी। तो वीर ने डिमांड की मेरे हिसाब ना, भी मंडी के हिसाब ना वीर ने जायज डिमांड की है, 47,000 रुपये डिमांड है जी। 47,000 रुपये दो तो सिर्फ वीर ने डिमांड की है, मूह शेर आता थोड़ी वीड्डी बैठ हो चुकी है, थान हवाने की बहुत ज्यादा साफ सुथरी है। लुधियाने जिले का वीर का पिंड है, मोबाइल नंबर वीर आप बोल चुके हैं, जेकर वीर दे बैठ पसंद हो वीर ना कई बार मंडी तो पुछ दोस्तों मुड़ भी जाना, वापसी भी हो जाती होंगी है, तो दिते गए नंबर जो वीडियो में नंबर बोलने होंगे ये नंबर तुम कॉन्टैक्ट करके अगर वीर ना खरीद सकते हो। बाकी थान हवाना बहुत चंगा, खड़े कुछ एक दिन बाकी है, होर भी अगर चंकी बने होगी। तो झोटी कहने महसूस हुई है जी? किन्ने दिन हो गए सूई? महीना हो गया सुई नू बच्चा दे, बच्चा मेल है पिछे कट्टा? कट्टी है जी, फीमेल पिछे ही दे कट्टी है फीमेल। ते दूध किन्ना रेडी है? दूध ते 10 लीटर रेडी है जी। दो टाइम दा चबा दूंगा जे घर आवे कोई? दो टाइम चबा दांगे, छोटा मत दे। ते मोले दे कर दे? मोले दा 55,000 मंगदे आ। सगुर वीर ने बिल्कुल जायज मुल कर 55,000 रुपये 10 किलो वीर दुध दसदा पिया, दसदा मेरे हिसाब न जे 8-8.5 भी पा दे तो भी चंगा है रेट के हिसाब न, क्योंकि थोड़ी रेटा के तब्दीली आनी शुरू हो चुकी है, क्योंकि सर्दियाँ टाइम अगर आ चुके आ। थान हवाना देख सकते हो साफ सुथरा, ये भी लुधियाने वाले वीर की झोटी है, महीना हो गया इस सूई।
ਹਾਂਜੀ ਬਾਈ ਤੀਜੇ ਨੰਬਰ ਤੇ ਝੋਟੀ ਹੈ ਜਿਹੜੀ ਇਹ ਜੀ ਪਹਿਲਾ ਸੂਆ ਦੋ ਦਿਨ ਦਾ ਪਹਿਲਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਹੋ ਗਿਆ ਚੌਥਾ ਦਿਨ ਆ ਜੀ ਅੱਜ ਪਿੱਛੇ ਬੱਚਾ ਕੀ ਹੈ ਕੱਟਾ ਹੈ ਕੱਟੀ ਪਿੱਛੇ ਕੱਟਾ ਪਰ ਪਿੱਛੇ ਬੱਚਾ ਇਹਦੇ ਮੇਲ ਆ ਤੇ ਚੌਥਾ ਕੁ ਦਿਨ ਹੋ ਗਿਆ ਸੂਈ ਨੂੰ ਤੇ ਮੁੱਲ ਇਹਦਾ ਹੀ ਕਰਦੇ ਆ ਜੀ ਮੁੱਲ ਇਹਦਾ 75,000 ਆ ਜੀ ਮਾਨਤਨ ਹੋ ਜੂਗਾ ਮਾਨਤਨ ਹੋ ਜੂਗਾ ਜੀ ਹੋ ਲਿਓ ਬਾਹਰ ਨੂੰ ਸੋ ਵੀਰ ਪਹਿਲਣ ਝੋਟੀ 75,000 ਰੁਪਇਆ ਵੀਰ ਨੇ ਡਿਮਾਂਡ ਕੀਤੀ ਹੈ ਇਹ 3 ਲੱਖ ਵੀਰ ਇੱਥੇ ਲੈ ਕੇ ਪਹੁੰਚਿਆ ਹੋਇਆ ਬੱਚਾ ਛੋਟੀ ਉਮਰ ਦਾ ਤੇ ਬੱਚੇ ਨੂੰ ਸ਼ੌਂਕ ਆ ਜੇਕਰ ਆਪਾਂ ਮੁੰਡਿਆਂ ਦੇ ਬੱਚਿਆਂ ਨੂੰ ਵੀ ਅੱਗੇ ਲਿਜਾਵਾਂਗੇ ਤਾਂ ਅੱਗੇ ਬੱਚੇ ਵੀ ਆਪਣੇ ਇਸ ਲੈਣ ਦੇ ਵਿੱਚ ਕਿਉਂਕਿ ਆਪਣਾ ਜੱਦੀ ਪੁਰਸ਼ ਦੀ ਧੰਦਾ ਹੈ ਆਪਾਂ ਭੁੱਲਦੇ ਜਾ ਰਹੇ ਹਾਂਗੇ ਛੋਟੀ ਉਮਰ ਦੇ ਵਿੱਚ ਵੀਰ ਵਪਾਰ ਦਾ ਕੰਮ ਸ਼ੁਰੂ ਕਰਦਾ ਰਿਹਾ ਹੈਗਾ ਤੇ 3 ਲੱਖ ਵੀਰ ਦੇ ਫੋਰ ਸੇਲ ਆ ਨੰਬਰ ਵਿੱਚ ਵੀਡੀਓ ਦੇ ਵਿੱਚ ਵੀਰ ਆਪਣਾ ਬੋਲ ਚੁੱਕਿਆ ਇਹਨਾਂ 3 ਨਗਾਂ ਦੇ ਵਿੱਚੋਂ ਕੋਈ ਵੀ ਨਗ ਪਸੰਦ ਹੋਵੇ ਤਾਂ ਦਿੱਤੇ ਗਏ ਨੰਬਰ ਤੇ ਵੀਰ ਨਾਲ ਕਨੈਕਟ ਕਰਕੇ ਖਰੀਦ ਸਕਦੇ ਹੋ ਸੋ ਵੀਰੋ ਅੱਗੇ ਤੁਸੀਂ ਦ੍ਰਿਸ਼ ਦੇਖ ਸਕਦੇ ਹੋ ਮੰਡੀ ਦਾ ਮੰਡੀ ਪੂਰੀ ਫੁੱਲ ਆ ਗਈ ਸੋ ਵੀਰੋ ਨੀਲੀ ਰਾਵੀ ਮੋਹਰਾ ਤੇ ਬਿਹੜਾ ਵਗੈਰਾ ਜ਼ਿਆਦਾ ਗਿਣਤੀ ਵਿੱਚ ਪਸ਼ੂ ਇੱਥੇ ਆਉਂਦੇ ਆ 23 ਤਰੀਕ ਦੀ ਪੂਰੀ ਮਸ਼ਹੂਰ ਮੰਡੀ ਲੱਗਦੀ ਆ ਤੁਸੀਂ ਅੱਗੇ ਤੋਂ ਪਹੁੰਚ ਕੇ ਇੱਥੇ ਵਿਜਿਟ ਕਰਕੇ ਵੀ ਆਉਣਾ ਹੋਵੇ ਤਾਂ ਤੁਸੀਂ ਪਹੁੰਚ ਸਕਦੇ ਹੋ ਸੋ ਬਣੇ ਰਹੇ ਆਪਣੇ ਯੂਟਿਊਬ ਚੈਨਲ ਤੇ ਲੋੜੇਰੀ ਫਾਰਮ ਬਰਨਾਲਾ ਦੇ ਨਾਲ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ।